ਬਾਲ ਮਜ਼ਦੂਰੀ ਕਾਨੂੰਨ ਬਣ ਗਿਆ ਸੀ ਵਿਰਾਜ ਨੂੰ ਗਵੰਡੀ ਦੇ ਘਰ ਕੰਮ ਕਰਦਾ ਇੱਕ ਛੋਟਾ ਮੁੰਡਾ ਅਖਰਦਾ ਸੀ ਇੱਕ ਦਿਨ ਮੌਕਾ ਦੇਖ ਕੇ ਉਹਨੇ ਲੜਕੇ ਨੂੰ ਬੁਲਾ ਕੇ ਪੁੱਛਿਆ ਓਏ ਛੋਟੂ ਤੇਰੀ ਕਿੰਨੀ ਉਮਰ ਹੈ ਉਹ ਤੁਰੰਤ ਬੋਲਿਆ 14 ਸਾਲ ਵਿਰਾਜ ਉਹਦੇ ਜਵਾਬ ਤੋਂ ਸੰਤੁਸ਼ਟ ਨਹੀਂ ਸੀ ਉਹਨੂੰ ਦੇਖਣ 'ਚ 10-11 ਸਾਲਾਂ ਦਾ ਹੀ ਲੱਗਦਾ ਸੀ ਇਸ ਕਰਕੇ ਉਹਨੇ ਦੁਬਾਰਾ ਪੁੱਛਿਆ ਛੋਟੂ ਛੋਟੂ ਤੂੰ ਝੂਠ ਕਿਉਂ ਬੋਲਦਾ ਹੈ ਅਬ ਕਾ ਕਰੀ ਬੀਬੀ ਜੀ ਹਮ ਕਾ ਤੋ ਸਭ ਲੋਕ ਕਹਿਤ ਰਹਿਤ ਕੋਈ ਵੀ ਤੁਮਸੇ ਉਮਰ ਪੁੱਛਤ ਤੋ ਬਤਾਵਤ ਰਹਤ 14 ਸਾਲ ਉਹ ਕਹਿਤ ਰਹਿਨ ਕੋਨੋ ਕਾਨੂੰਨ ਬਨਤ ਰਹਿਨ ਅਬ ਹਮ ਝੂਠ ਨਾ ਬੋਲਤ ਤੋ ਕਾ ਕਰੇ ਕੌਨ ਹਮਕੋ ਔਰ ਹਮਾਰੇ ਦੇਸ ਮਾਂ ਬੈਠੀ ਮਾਂ ਔਰ ਭਾਈ ਭੈਣ ਕੋ ਖਿਲਾਵਤ ਰਹਿਨ ਛੋਟੂ ਦੀ ਗੱਲ ਸੁਣ ਕੇ ਵਿਰਾਜ ਨੂੰ ਕੁਝ ਨਹੀਂ ਸੁਝ ਰਿਆ ਸੀ ਧੰਨਵਾਦ